ਮੇਰਾ ਨਾਮ ਚਰਨਜੀਤ ਸਿੰਘ ਮੋਹਰਾ, ਮੈਂ ਪਿੰਡ ਚੌਰੇ ਦਾ ਰਹਿਣ ਵਾਲਾ ਬਾਈ। 10 ਸਾਲ ਹੋ ਗਏ ਮੈਂ ਪੰਚੀ ਕਰ ਰਿਹਾ। ਐਤਕੀ ਮੈਨੂੰ ਸੰਗਤ ਨੇ ਸਰਪੰਚੀ ਕਰਨ ਦਾ ਮੌਕਾ ਦਿਆ ਜੀ। ਹੁਣ ਸਾਰੇ ਸੰਗਤਾਂ ਨੂੰ ਬੇਨਤੀ ਕਰਦਾ ਹੱਥ ਬੰਨ ਕੇ ਵੀ ਮੈਨੂੰ ਵੱਧ ਤੋਂ ਵੱਧ ਸਹਿਯੋਗ ਦੇਵੇ, ਔਰ ਬਹੁਤ ਮੈਨੂੰ ਸਹਿਯੋਗ ਮਿਲ ਰਿਹਾ। ਹਜੇ ਮੈਂ ਵੋਟਾਂ ਮੰਗਣਾ ਅੱਜ ਸ਼ੁਰੂ ਕਰੇ ਜੀ ਆਪਣਾ ਚੋਣ ਪ੍ਰਚਾਰ। ਮੇਰਾ ਚੋਣ ਨਿਸ਼ਾਨ ਐਟੋ ਰਿਕਸ਼ਾ ਟੈਂਪੂ ਕਹਿੰਦੇ ਆ ਜਿਹਨੂੰ, ਉਹ ਆ। ਸਾਰੇ ਭੈਣ ਭਾਈ ਸਾਹਿਬ ਜਾਣਦੇ ਆ, ਪਹਿਲਾਂ ਵੀ ਤੁਹਾਨੂੰ ਪਤਾ ਹੈ ਮੇਰੇ ਕੰਮ ਬਾਰੇ। 10 ਸਾਲ ਹੋ ਗਏ ਪੰਚੀ ਦੇ ਕੰਮ ਕਰਦੇ ਦਾ। ਐਤਕੀ ਵੀ ਸਰਪੰਚ ਬਣ ਕੇ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰੂੰਗਾ। ਪਹਿਲ ਦੇ ਆਧਾਰ 'ਤੇ ਸਾਡੇ ਉਰੇ ਪਹਿਲਾਂ ਵੀ, ਅੱਜ ਤੋਂ ਮੈਂ ਕੋਈ ਤਕਰੀਬਨ 5 ਸਾਲ ਪਹਿਲਾਂ ਕਿਹਾ ਤਾ ਵੀ ਮੈਂ ਸਕੂਲ ਬੜਾ ਕਰਾਊਂਗਾ 8ਵੀਂ ਦਾ। ਸਾਡਾ 10ਵੀਂ ਦਾ ਉਰੇ ਆਲੇ ਦੁਆਲੇ ਸ਼ਹਿਰ ਜਾਂਦਿਆਂ ਨੂੰ ਬਹੁਤ ਭੀੜ ਰਹਿੰਦੀ ਹੈ ਬੱਚਿਆਂ ਨੂੰ। ਠੀਕ ਹੈ, ਬੱਚੇ ਛੋਟੇ ਆ, ਟ੍ਰੈਫਿਕ ਬਹੁਤ ਜ਼ਿਆਦਾ, ਬਹੁਤ ਕਲੋਨੀਆਂ ਆਉਣ ਕਰਕੇ ਸਾਨੂੰ ਕਲੋਨੀਆਂ 'ਚ ਵੀ ਸੜਕਾਂ ਬੜਾ ਗਲੀਆਂ ਪੱਕੀਆਂ ਕਰਨੀਆਂ ਪੈਂਦੀਆਂ ਜੀ। ਪਿੰਡ 'ਚ ਵੀ ਘੱਟ, ਜੇ ਪਿੰਡ 'ਚ ਲਾਉਂਦੇ ਹਾਂ ਅਸੀਂ ਤਾਂ ਉੱਧਰ ਗਲੀਆਂ ਕਲੋਨੀ ਵਾਲੇ ਕਹਿੰਦੇ ਵੀ ਸਾਡੇ ਲਾਓ। ਇਹਦੇ ਕਰਕੇ ਥੋੜ੍ਹੀ ਥੋੜ੍ਹੀਆਂ ਗਲੀਆਂ ਸਾਰੀਆਂ ਪੱਕੀਆਂ ਹੋ ਚੁੱਕੀਆਂ। ਤਕਰੀਬਨ ਜਿਹੜੀਆਂ ਰਹਿ ਗਈਆਂ ਉਹ ਵੀ ਪੱਕੀਆਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਵੀ ਸਫਾ ਹੋਵੇ। ਅਸੀਂ ਇਹਦੇ ਆਪਣਾ ਪਟਿਆਲੇ ਜ਼ਿਲ੍ਹੇ ਦੇ ਨਾਲ ਆ। ਮੈਂ ਦੁਬਾਰੇ ਸਾਰੀ ਸੰਗਤ ਨੂੰ, ਸਾਰੇ ਪਿੰਡ ਵਾਲੇ ਵਾਸੀਆਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਵੀ ਮੈਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ, ਵੱਧ ਤੋਂ ਵੱਧ ਮੇਰਾ ਸਹਿਯੋਗ ਦਿਓ ਜੀ। ਵੋਟਾਂ ਪਾਵਾਂਗੇ ਜੀ, ਜਦ ਸਹਿਯੋਗ ਦੇਵਾਂਗੇ ਪੂਰਾ ਇਹਨਾਂ ਨੂੰ, ਵੱਧ ਤੋਂ ਵੱਧ ਵੋਟਾਂ ਪਾਵਾਂਗੇ।